ਅਸਲਾਮ ਵਾਲੇਕੁਮ, ਕਿਆ ਹਾਲ ਹੈ ਦੋਸਤੋ? ਖਰੀਅਤ ਨਾਲ ਉਸੋ, ਅੱਲਾ ਆਪਾਂ ਖੁਸ਼ ਰੱਖੇ, ਸਲਾਮਤ ਰੱਖੇ। ਅੱਜ ਜਨਾਬ ਸਿਟੀ ਹਾਊਸਿੰਗ ਨਾਲ ਵਲੋਗ ਬਣਾ ਲੱਗਿਆ। ਵੀ ਦੇਖ, ਤੁਹਾਨੂੰ ਇਹ ਵਲੋਗ ਅੱਛਾ ਲੱਗ ਸੀ, ਅੱਛਾ ਲੱਗਿਆ ਤਾਂ ਜ਼ਰੂਰ ਯੂਟਿਊਬ ਚੈਨਲ ਮੇਰਾ ਦੇਸੀ ਵਿਲੇਜ ਵਲੋਗ ਸਬਸਕ੍ਰਾਈਬ ਕਰੋ, ਕਮੈਂਟ ਕਰੋ, ਲਾਈਕ ਕਰੋ, ਸ਼ੇਅਰ ਕਰੋ। ਤੁਹਾਨੂੰ ਜ਼ਰਾ ਮਾਹੌਲ ਦਿਖਾਉਂਦੇ ਹਾਂ ਭਾਅ ਜੀ, ਜ਼ਰਾ ਪੈਰ ਮਾਰੋ ਕੈਮਰਾ ਪਰ ਸਾਰੇ। ਹੈ ਅੱਜ ਤੁਹਾਨੂੰ ਪਤਾ ਹੈ ਕਿ ਅੱਜ 14 ਅਗਸਤ ਹੈ, 14 ਅਗਸਤ ਦੇ ਹਵਾਲੇ ਨਾਲ ਹੁਣ ਤਕਰੀਬਨ ਇਸ ਟਾਈਮ ਉਹ 4:30-5 ਹੋ ਗਏ ਨੇ, ਲੇਕਿਨ ਇੱਥੇ ਰਸ਼ ਸ਼ਾਮ ਨੇ 5 ਵਜੇ ਤੋਂ ਬਾਅਦ ਰਸ਼ ਹੁੰਦਾ ਹੈ ਜ਼ਿਆਦਾਤਰ, ਕਿਉਂਕਿ ਗਰਮੀ ਹੈ, ਅੱਜ ਬਹੁਤ ਗਰਮੀ ਹੈ, ਗਰਮੀ ਦੀ ਵਜ੍ਹਾ ਤੋਂ ਰਸ਼ ਨਹੀਂ ਹੈ। ਅਤੇ ਥੋੜ੍ਹਾ ਜਿਹਾ ਮਾਹੌਲ ਤੁਹਾਨੂੰ ਵਿਖਾਉਂਦੇ ਹਾਂ, ਸਿਟੀ ਹਾਊਸਿੰਗ ਨੇ ਅੰਦਰ ਵੀ ਮਾਹੌਲ ਦਿਖਾਇਆ। ਆਓ ਜ਼ਰਾ ਜਨਾਬ, ਸਿਟੀ ਹਾਊਸਿੰਗ ਅੰਦਰ ਆ ਗਿਆ ਤੇ ਹੁਣ ਤੁਹਾਨੂੰ ਦਿਖਾਉਂਦੇ ਹਾਂ ਜਰਾ ਪਾਰਕ ਸਿਟੀ ਹਾਊਸਿੰਗ ਦੇ ਅੰਦਰ। ਇਹ ਲੋਕ ਬੜੇ ਵੱਡੇ ਜਿਹੜੇ ਰਹਿ ਰਹੇ, ਬੜੀ ਬੜੀ ਜਨਾਬ ਬਿਲਡਿੰਗਾਂ ਨੇ, ਜ਼ਹਿਰੀ ਗੱਲ ਹੈ, ਬੜੇ ਬੜੇ ਪੈਸੇ ਵਾਲੇ, ਬੜੇ ਬੜੇ ਕਰੋੜਪਤੀ। ਆਮ ਅਸਾਂ ਜੇ ਗਰੀਬ ਆਦਮੀ ਤਾਂ ਬਿਲਕੁਲ ਜਨਾਬ ਇੱਥੇ ਪਾਰਕ ਹੀ ਤੱਕ ਸਕਦੇ ਨੇ, ਬਾਕੀ ਇਹ ਕੋਠੀਆਂ ਛੋਟੀਆਂ ਜਾਂ ਬੰਗਲੇ ਸ਼ੰਗਲੇ ਇਹਨਾਂ ਨੇ ਸਿਰਫ ਬਾਹਰ ਹੀ ਜਾ ਸਕਦੇ ਆ, ਠੀਕ ਹੈ। ਬਾਕੀ ਤੁਹਾਨੂੰ ਮਾਹੌਲ ਦਿਖਾਉਂਦੇ ਹਾਂ ਸਿਟੀ ਹਾਊਸਿੰਗ ਦਾ। ਇਹ ਸਿਟੀ ਹਾਊਸਿੰਗ ਦਾ ਮੇਨ ਗੇਟ ਹੈ ਜਨਾਬ, ਦੇਖੋ ਤੇ ਪਿੱਛੇ ਜਨਾਬ ਦੇਖ ਲਓ ਤੁਸੀਂ, ਮੇਨ ਗੇਟ ਸਿਟੀ ਹਾਊਸਿੰਗ ਦਾ, ਪਾਰਕਿੰਗ ਯਾਨੀ ਸਿਟੀ ਜਿਹੜਾ ਨਾ ਹਾਊਸਿੰਗ ਦਾ ਮਾਹੌਲ। ਇਹ ਸਿਟੀ ਹਾਊਸਿੰਗ ਨੇ ਅੰਦਰ ਜਿਹੜਾ ਪਾਰਕ ਹੈ, ਉਹ ਪਾਰਕ ਨਹੀਂ ਵਿਊ ਦਿਖਾ ਰਿਹਾ ਤੁਹਾਨੂੰ, ਸ਼ੇਰ ਸ਼ੂਰ ਜਿਹੜੇ ਨੇ ਉਹ ਤੁਹਾਨੂੰ ਦਿਖਾਉਂਦੇ ਆ, ਇਨਸ਼ਾਅੱਲਾ ਤਾਂ ਉਹ ਜਿਹੜੇ ਹੈ ਫਿਲਹਾਲ ਜਿਹੜਾ ਨਾ ਬੰਦ ਹੈ ਕੰਮ। ਪਾਰਕ ਵਿੱਚ ਜਨਾਬ ਦੇਖੋ ਕੈਸਾ ਮਾਹੌਲ ਹੈ, 14 ਅਗਸਤ ਹੈ, 14 ਅਗਸਤ ਦੇ ਹਵਾਲੇ ਨਾਲ ਜਨਾਬ ਦੁਨੀਆ ਬੜੀ ਠੀਕ ਹੈ, ਅਤੇ ਬੜਾ ਮਾਹੌਲ ਹੈ ਇੱਥੇ, ਜ਼ਬਰਦਸਤ ਸਿਸਟਮ ਠੀਕ ਹੈ। ਇਹ ਟ੍ਰੇਨ ਚੱਲਣੀ ਹੈ ਪਾਰਕ ਵਿੱਚ, ਤੁਹਾਡੇ ਆਈਫੋਨ ਨਾਲ ਇਸਨਾ ਰਿਜ਼ਲਟ ਜ਼ਿਆਦਾ ਹੈ। ਇਹ ਸਾਹਮਣੇ ਦੇਖੋ ਜਨਾਬ ਸ਼ੇਰ ਜਿਹੜੇ ਨਾ ਚੀਤੇ ਸਫੇਦ ਰੰਗ ਦੇ ਖੂਬਸੂਰਤ, ਜਨਾਬ ਗਰਮੀ ਵਿੱਚ ਬੈਠੇ ਉਹ ਕੁੱਠੇ ਨਜ਼ਰ ਆ ਰਿਹਾ ਸੀ ਤੁਸੀਂ, ਅਤੇ ਅੱਜ ਦੀ ਵੀਡੀਓ ਜ਼ਰੂਰ ਤੁਸੀਂ ਜ਼ਿਆਦਾ ਕਮੈਂਟ ਕਰਨਾ, ਦੱਸਣਾ ਅੱਛੀ ਲੱਗੀ ਹੈ, ਦੇਖੋ ਤੁਹਾਨੂੰ ਕਿਸੇ 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 ਵੀਡੀਓ ਦਿਖਾ ਰਿਹਾ ਤੁਹਾਡੇ ਵਾਸਤੇ। ਇਸ ਵਾਸਤੇ ਕੋਸ਼ਿਸ਼ ਕਰੋ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਵੀਡੀਓ ਚੈਨਲ ਸਬਸਕ੍ਰਾਈਬ ਕਰੋ, ਔਰ ਯੂਟਿਊਬ ਚੈਨਲ ਸ਼ੇਅਰ ਵੀ ਕਰੋ, ਲਾਈਕ ਕਰੋ, ਕਿੰਨਾ ਪਿਆਰਾ ਹੈ। ਇਹ ਪਾਰਕ ਦੇ ਅੰਦਰ ਜਿਹੜਾ ਨਾ ਇਹ ਪਿੰਜਰੇ ਬਣੇ ਨੇ ਉਹਦਾਂ ਦੇ ਵਿੱਚ ਦੇਖੋ ਮੋਰ, ਉਸ ਤੋਂ ਬਾਅਦ ਬਖਤਾਂ ਵਗੈਰਾ ਸਾਰਾ ਕੁਝ ਨਾ ਇਹ ਮਾਹੌਲ ਬਣੇ ਅੰਦਰ। ਅਤੇ ਅਜੇ ਤਕਰੀਬਨ 4 ਹੋਏ ਨੇ, ਅੱਜ 14 ਅਗਸਤ
ਰਸ਼ ਜ਼ਿਆਦਾ ਸੀ ਇਨਸ਼ਾਅੱਲਾ ਦੇਖੇ ਸ਼ਾਮ ਨੇ ਟਾਈਮ ਤੇ ਮਾਰਕ ਦਾ ਮਾਹੌਲ ਦੇਖੋ ਜਨਾਬ, ਇਸ ਟਾਈਮ ਥੋੜਾ ਥੋੜਾ ਰਸ਼ ਹੋ ਰਿਹਾ ਆਸਤਾ ਆਸਤਾ, ਕਿਉਂਕਿ ਮੌਸਮ ਥੋੜਾ ਹੁਣ ਠੀਕ ਹੋ ਰਿਹਾ, ਗਰਮੀ ਦੀ ਸ਼ਿੱਦਤ ਕਮ ਹੋ ਰਹੀ ਹੈ। ਇਸ ਵਾਸਤੇ ਇਹ ਕਿਸ਼ਤੀਆਂ ਤੁਹਾਨੂੰ ਦਿਖਾ ਰਹੀਆਂ, ਬਾਕੀ ਸਿਸਟਮ ਬਾਕੀ ਲਗਭਗ ਸੇਫ ਇਸ਼ੂ ਵਿੱਚ ਠੀਕ ਹੈ। ਝੂਲੇ ਝੂਲੇ ਦੇਖੋ ਜਨਾਬ, ਬਾਕੀ ਤੁਹਾਨੂੰ ਥੋੜ੍ਹਾ ਥੋੜ੍ਹਾ ਮਾਹੌਲ ਦਿਖਾ ਰਹੇ ਹਾਂ। ਜ਼ਰਾਫਾ ਜੈਬਰਾ, ਅਸੀਂ ਸਕੂਲ ਪੜ੍ਹਨੇ ਹੁੰਦੇ ਸੀ, ਜ਼ਰਾਫਾ ਜੈਬਰਾ। ਅੱਛਾ ਜ਼ਰਾਫਾ, ਐਵੇਂ ਤੁਸੀਂ ਆਖਦੇ ਜੈਬਰਾ, ਇਹ ਤਾਂ ਇੱਕ ਧੋਖਾ ਹੈ ਨਾ, ਗਲਤ ਬਿਆਨ ਨਹੀਂ ਕਰਨੀ। ਜ਼ਰਾਫਾ ਪਾਰਕ ਦਾ ਸਾਰਾ ਤੁਹਾਨੂੰ ਮਤਲਬ ਮਾਹੌਲ ਦਿਖਾਇਆ, ਕੁਝ ਥੋੜ੍ਹਾ ਥੋੜ੍ਹਾ ਇਹ ਆੜੇ ਆ ਰਹੀਆਂ ਹਨ ਜਨਾਬ, ਦੇਖੋ ਪਾਰਕ ਵਿੱਚ ਚੱਲਣੀਆਂ ਟ੍ਰੇਨ ਵੀ, ਹੁਣ ਆਸਤਾ ਆਸਤਾ ਰਸ਼ ਹੋ ਰਿਹਾ ਦੇਖੋ, ਮੇਰਾ ਮਾਹੌਲ ਚੋਲ ਬਣ ਰਹੀ, ਕਿਉਂਕਿ ਗਹਿਰੀ ਗੱਲ ਹੈ ਥੋੜ੍ਹਾ ਜਿਹਾ ਮੌਸਮ ਠੀਕ ਹੋ ਰਿਹਾ।